ਇਸ ਨੌਜਵਾਨ ਨੂੰ ਬਹੁਤ ਵਧੀਆ ਰੇਡਾ ਹੈ। ਨੌਜਵਾਨ ਲੰਬੀਆਂ ਬਾਹਾਂ ਦਾ ਪ੍ਰਦਰਸ਼ਨ ਕਰਦਾ ਹੋਇਆ ਕਹਿੰਦੇ ਉੱਚਾ ਲੰਮਾ ਗੱਭਰੂ ਤੇ ਕਿੱਡੀ ਲੰਬੀ ਹੇਕ ਫੜੀ ਨੀ ਭਾਬੀ ਪੂਣੀਆਂ ਮੈਂ ਮੁੰਡਾ ਵੇਖ ਇਹਨੂੰ ਮੰਗਾ ਆਖਦੇ ਨੀ ਨੌਜਵਾਨੋ। ਬੜੀ ਤਕੜੀ ਦਾਜ ਹੈ ਇਸ ਨੌਜਵਾਨ ਦੀ ਕਮਾਲਾ ਕਰ ਸਰ ਨੌਜਵਾਨਾਂ ਤਕੜੇ ਹੋ ਗਏ ਨੌਜਵਾਨਾਂ ਦੇਖਣ ਆ ਗਿਆ ਨੌਜਵਾਨ ਜ਼ਰੂਰਤ ਹੈ ਜਿਹਦੇ ਕੋਲ ਇੱਥੋਂ ਨਿਊ ਸਪਰੇ ਹੈ ਉਹ ਸਟੇਜ ਵਾਲੇ ਪਾਸੇ ਆਵੇ। ਨਿਊ ਸਪਰੇ ਜਿਹਨੂੰ ਦਿੱਤੀ ਹੈਗੀ ਹੈ ਪਰਮਾਤਮਾ ਦੀ ਕਿਰਪਾ ਹੋਵੇ ਹੋਣਾ ਜਾਏਗਾ। ਸਾਨੂੰ ਜਵਾਨਾਂ ਮਾਰਦ ਹੋਏ ਜੋਗਿੰਦਰ ਸਿੰਘ ਜੱਗੋ 500 ਰੁਪਈਆ ਇਸ ਕਲੱਬ ਵਾਸਤੇ ਦਿੱਤਾ ਹੈ। ਮੈਂ ਤੁਹਾਡੇ ਦਾ ਸ਼ੁਕਰਗੁਜ਼ਾਰ ਸਤਿਕਾਰ ਹੁੰਦਾ ਇਹਨਾਂ ਦੀ ਸੇਵਾ ਦਾ ਸਤਿਕਾਰ ਹੈ ਉਹ ਸਾਹਮਣੇ ਬੇਨਤੀ ਹੈ ਕਿ ਸਟੇਜ ਦੇ ਲਾਗੇ
ਸਾਰਿਆਂ ਵੱਲੋਂ ਜਲਦੀਆਂ ਗਹਿਰਾਈਆਂ ਦੇਣੀਆਂ ਜੀ ਆਇਆਂ ਨੂੰ ਬਾਬਾ ਜੀ ਨੂੰ ਇੱਥੇ ਪਹੁੰਚਣ ਤੇ ਜਲਦੀਆਂ ਗਹਿਰਾਈਆਂ ਦੇ ਜੀ ਆਇਆਂ ਨੂੰ ਸਤਿਕਾਰ ਗੁਰੂ ਜੀ ਜਿਨ੍ਹਾਂ ਨੇ ਪਹਿਲਾਂ ਸਾਡੇ ਦਾ ਮਾਣ ਸਾਨੂੰ ਦਿੱਤਾ ਹੈ ਸਾਡੇ ਸਤਿਕਾਰ ਯੋਗ ਸਾਡੇ ਹਸਤੀ ਹੈ ਜਿਹੜੀ ਸਾਡੇ ਵਿੱਚ ਵਿਰਾਜਮਾਨ ਹੈ ਗੋਰੀ ਲਾਕੇ ਜਮਾਂਗੇ ਪਾਵਾਂਗੇ ਗੋਰੀ ਲਾਕੇ ਘਰ ਨੂੰ ਚੜੀਓ ਆ ਦੋ ਤਿੰਨ ਨਿਆਣੇ ਵੀ ਜਾਣਦੇ ਨੇ ਉੱਥੇ ਉਹ ਨਿਆਣੇ ਕਾਕਾ ਪਹਿਲਾਂ ਹੀ ਬੜੇ ਕੀਮਤੀ ਨੇ ਘਾਟੀ ਨੇ ਹੁਣ ਹਿਸਾਬ ਨਾਲ ਸਾਰੇ ਭੂਰੇ ਉਹਨਾਂ ਨੇ ਦਵਾ ਦੇ ਸੰਦੇਸ਼ ਜਿਹੜਾ ਆਪਣੇ ਮਸਾਜਾਂ ਦੇ ਵਿੱਚ ਜਿਹੜੀ ਆਉਣ ਵਾਲੀ ਇਸ ਪੀੜ੍ਹੀ ਵਿੱਚ ਮਿਹਰਬਾਨੀ ਬਾਕੀ ਇਹ ਸਾਈਡ ਹੋ ਬੜਾ ਹੀ ਭਾਗਾਂ ਵਾਲਾ ਤੇ ਕਰਨ ਵਾਲਾ ਕਿਉਂ ਜਿੱਥੇ ਵੱਡੇ ਵੱਡੇ ਪ੍ਰੋਗਰਾਮ ਹੋਣ ਲੱਗ ਗਏ ਇਸੇ ਤਰ੍ਹਾਂ ਹੀ ਕਲੇਰਾਂ ਪਿੰਡ ਨਾਨਕ ਸਰ ਤੋਂ ਥੋੜ੍ਹੀ ਦੂਰੀ ਹੈ ਅਤੇ ਪਿੰਡ ਬਿਲਕੁਲ ਛੋਟਾ ਰਿਹਾ ਹੈ ਜਿੱਥੇ ਬੈਠੇ ਨੇ ਬਾਬਾ ਜੀ ਨਾਨਕ ਸਰ ਉਹ ਘਰ ਦਾ ਜਗਰਾਣਾ ਨਹੀਂ ਹੈ ਪਰ ਕਲੇਰਾਂ ਪਿੰਡ ਸੇਵਾ ਕਰਦਾ ਰਿਹਾ ਹੈ ਜਦੋਂ ਦਾਸ ਇੱਥੇ ਆਇਆ ਪਲਕਾਂ ਪਲਕਾਂ ਵਾਲੇ ਬਾਹਰੋਂ ਕਿੰਨੇ ਸੰਤ ਹੋ ਗਈ ਹੈ ਬੜੇ ਬੜੇ ਗੁਰੂ ਗਿਆਨੀ ਬਹੁਤ ਕਥਾ ਵਾਸ ਕਰਦੇ ਲਾਗੀ ਤੇ ਮਹਾਂਪੁਰਖ ਨੂੰ ਸਿੰਘ ਸਾਹਿਬ ਵੀ ਕਾਲ ਪਾਸਤਾ ਪਾਉਂਦੇ ਨੇ ਪਰ ਕਹੋਗੇ ਕਿੱਥੇ ਨਾ ਨਾਨਕ ਜਿਹੜੀ ਧਰਤੀ ਆ ਗ੍ਰੰਥ ਸਾਹਿਬ ਜੱਪੋਵਾਲ ਸੋ ਕਰਵਾ ਵਾਲਿਓ ਲਾਗੇ ਵਾਲਿਓ ਇਹ ਗੁਰੂ ਕਿਰਪਾ ਦੀਆਂ ਨਿਸ਼ਾਨੀਆਂ ਹੁੰਦੀਆਂ ਮਹਾਂਪੁਰਖਾਂ ਦੇ ਨਾਮ ਦੀਆਂ ਡਿਊਟੀਆਂ ਪਾ ਕੇ ਦੁਕਾਨ ਚਲ ਜਾਂਦਾ ਜਿਹੜੇ ਜਿਹੜੇ ਲਾਹਾ ਖੱਟ ਲੈਂਦੇ ਨੇ ਉਹ ਇੱਥੇ ਵੀ ਲੱਗਣ ਤੇ ਦੁਕਾਨ ਵਿੱਚ ਵੀ ਲੱਗਣ ਸੋ ਬਾਹਰ ਸਾਰ ਨਹੀਂ ਕਰਦੇ ਆਪਾਂ ਕਰਵਾ ਵਾਲ ਲੱਗ ਰਹੇ ਹਾਂ ਜਿੰਨੇ ਵੀ ਕਮੇਟੀ ਵਾਲੇ ਮਾਨ ਲੋਕ ਜਿਨ੍ਹਾਂ ਨੇ ਸੰਤ ਹਿੱਸਾ ਲਿਆ ਸਾਰਿਆਂ ਨੇ ਸਤਿਕਾਰ ਜੇ ਆਪਾਂ ਮਹਾਂਪੁਰਖਾਂ ਨੂੰ ਮੈਂ ਪਿਆਰ ਕਰਾਂਗੇ ਇਹ ਮਹਾਂਪੁਰਖ ਦਰਗਾਹ ਦੇ ਵਿੱਚ ਆਪਾਂ ਖਾ ਦੇਵਾਂਗੇ ਇਸੇ ਕਰਕੇ ਜਿੰਨਾ ਵੀ ਨਾਟਾ ਕਰਵਾ ਵਾਲਾ ਢਾਗਾ ਵਾਲਾ ਜਿੰਨਾ ਸੁਣਿਆ ਇਹ ਵੀ ਕਰਵਾ ਵਾਲਾ ਬਾਬਾ ਜੀ ਦਾ ਨਾਂ ਤਾਂ ਲਿਆ ਜਾਂਦਾ ਨਾ ਬਾਬਾ ਜੀ ਸਿੰਘ ਸਿੰਘ ਮਹਾਰ ਦੇ ਨਾਂ ਤੋਂ ਗੁਰਬਾਣੀ ਕਹਾ ਜਿਹਨੇ ਕਿਦੋਂ ਧੰਨ ਕਹਾ ਤੈਨੂੰ ਜਾਂ ਮੇਰਾ ਇੰਨੇ ਨਾਲ ਜਿਹਨੇ ਤੂੰ ਗੁਰਬਾਣੀ ਹੈ ਜਿਹਨੇ ਤੂੰ ਧੰਨ ਕਿਹਾ ਤੈਨੂੰ ਜਾਂ ਮੇਰਾ ਸਾਰਿਆਂ ਨੇ ਰਸਾ ਧਿਆਉਣਾ ਤਾਂ ਹੈ ਨਾ ਬਾਬਾ ਜੀ ਸੋ ਬਹੁਤ ਖੁਸ਼ ਦੀ ਗੱਲ ਹੈ ਸਾਡਾ ਤਾਂ ਕੰਮ ਹੋਣਾ ਕਥਾ ਕੀ ਕਿਉਂ ਨਹੀਂ ਪਰ ਇਹ ਜਿਹੜੇ ਨੌਜਵਾਨ ਨਿਰਧਾਂ ਕਰਦੇ ਖੁਰਾਕਾਂ ਖਾਂਦੇ ਸੂਜਾ ਖਾ ਲੱਖ ਲੱਗਦੇ ਤਾਂ ਬੰਦਾ ਆ ਕੇ ਸਵਾਰ ਖੇਡ ਜਾਂਦਾ ਨੌਜਵਾਨ ਜੀ ਅੱਗੇ ਵਾਸਤੇ ਸਭ ਨੂੰ ਮਿਹਰ ਕਰਨਾ ਆਪਾਂ ਹੋਰ ਵੀ ਕੋਈ ਮਾਮਲਾ ਕਰੂਗਾ ਕੰਮ ਇਹ ਇਹਦਾ ਛੂਹੀ ਪੀਤਾ ਨਗਰ ਵਾਲਿਆਂ ਨੂੰ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਸੀ ਉੱਥੇ ਫੋਨ ਪਹੁੰਚਿਆ ਵਿਚਾਰੇ ਕਿ ਮੈਂ ਤੁਸੀਂ ਪਹੁੰਚ ਮਾਰੇ ਕੋਈ ਨਹੀਂ ਆਪਣਾ ਲੱਗਣਾ ਹੈ ਜਦੋਂ ਮਾਲ ਜੋ ਚਾਨੀ ਮੈਚਰ ਚੱਲਣਾ ਸੋ ਕੋਈ ਨਹੀਂ ਸਾਨੂੰ ਮਿਹਰ ਕਰਨਾ ਆਪਣੀ ਜਿੱਦਾਂ ਆਪਾਂ ਪਹਿਲਾਂ ਲਾਲਸਾ ਸ਼ੁਰੂ ਕੀਤਾ ਸਰ ਇੱਕ ਟਰਾਲੀ ਟਰਾਲੀ ਇੱਕ ਸਰਪੰਚ ਸਾਰਤਾ ਉਹਨਾਂ ਨੇ ਉਹ ਕਰੀ ਨਾਲ ਉਸ ਮੌਕੇ ਦੇ ਸਰਪੰਚ ਸੀਗੇ ਭਾਈ ਸਿੰਘ ਸਿੰਘ ਹੁਣ ਇਸ ਵੇਲੇ ਸਰਪੰਚ ਸਰਦਾਰ ਮੰਦਰ ਸਿੰਘ ਬੈਠੇ ਮਦ ਮੌਕੇ ਮਤਲਬ ਇਹ ਮੇਰੇ ਕਿਹਾ ਚੀਜ਼ਾਂ ਸ਼ੁਰੂ ਹੋ ਗਈਆਂ ਇਹਦਾ ਕਰਮਾ ਮਤਲਬ ਗੁਰੂ ਦੀ ਕਿਰਪਾ ਹੀ ਆ ਬੰਦੇ ਦਾ ਕੰਮ ਉਦਾਸ ਕਰੀ ਅਸੀਂ ਤਾਂ ਲੰਦੇ ਨੂੰ ਕੋਲ ਆਪਣਾ ਕਿਹਾ ਕੁਛ ਨਾ ਹੋਏ ਜੇ ਸੋ ਪਾਣੀ ਨੂੰ ਚੱਕ ਕਰੇ ਦੇਖੋ ਜਿਵੇਂ ਆਪਣਾ ਨਾਮ ਸਰ ਬਣਿਆ ਇਹ ਮੇਰੇ ਇਹਨਾਂ ਚੀਜ਼ਾਂ ਦੇ ਵੀ ਬਣ ਗਏ
ਨਾਉ ਨਿਕਲੇਗਾ ਦੁਨੀਆਂ ਤੇ ਆਪਾਂ ਪੜਨਾ ਹੋਰ ਮਜ਼ਾਇਆ ਕਰਾਂਗੇ ਚੰਗੀਆਂ ਚੰਗੀਆਂ ਘਟਨਾ ਬਣਨਾ ਸ਼ੁਰੂ ਹੋਇਆ ਇਹ ਕੰਮ ਮਾਰ ਕਰਦਾ ਮਾਰ ਕੇ ਪਰ ਕੜਨਾ ਵਾਲੇ ਨਹੀਂ ਭਾਗਾਂ ਵਾਲੇ ਦੱਸਦਾ ਮੈਂ ਬਹੁਤ ਖੁਸ਼ ਹਾਂ ਕਿ ਮਿਲ ਗਏ ਤੁਸੀਂ ਇਹ ਪ੍ਰੋਗਰਾਮ ਕਰ ਰਹੇ ਹੋ ਜਿੰਨਾ ਨੇ ਹਿੱਸਾ ਲਿਆ ਜਿੰਨੇ ਪੱਤ ਪੱਤ ਤੇ ਬੰਦੇ ਬੈਠੇ ਨੇ ਜਿੰਨਾ ਨੇ ਹਿੱਸਾ ਲਿਆ ਕਰਨਾ ਵਾਲੇ ਸਾਰੇ ਨਾਕੇ ਵਾਲੇ ਕਰਨਾ ਵਾਲੇ ਸੇ ਉਤਸ਼ਾਹ ਹੁੰਦਾ ਜੇ ਆਪਾਂ ਮਹਾਂਪੁਰਖਾਂ ਨਾਲ ਪਿਆਰ ਕਰੀਏ ਤਾਂ ਮਹਾਂਪੁਰਖ ਪਿਆਰ ਕਰਦੇ ਸੋ ਦਸ ਦਾਤਾ ਨਹੀਂ ਜੋੜਨਾ ਸੋ ਟੀਮਾਂ ਨਾਲ ਕਿ ਖੇਡਣੀਆਂ ਹੋਈਆਂ ਜੋ ਫੈਲਣਾ ਉਹਨਾਂ ਨਾਲ ਉਤਰਦਾ ਇਹ ਸਾਰਿਆਂ ਨੇ ਤੇ ਸੂਰਜ ਨੇ ਮੂੰਹ ਕਰਕੇ ਚੰਨ ਨਹੀਂ ਜਾਣਾ